ਭਾਰਤ ਵਿੱਚ ਅੱਜ ਟਵਿੱਟਰ ਉੱਤੇ ਬਾਈਕੋਟ ਮਾਲਾਬਾਰ ਗੋਲਡ ਟਵੀਟ ਟ੍ਰੈਂਡ ਕਰ ਰਿਹਾ ਹੈ। ਮਾਲਾਬਾਰ ਗੋਲਡ ਸੋਨੇ ਦੇ ਗਹਿਣੇ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਹੈ। ਇਸ ਕੰਪਨੀ ਵੱਲੋਂ ਹਿੰਦੂ ਤਿਉਹਾਰ ਅਕਸ਼ਯ ਤ੍ਰਿਤੀਆ ਉੱਤੇ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ, ਜਿਸ ਵਿੱਚ ਫਿਲਮੀ ਅਦਾਕਾਰਾ ਕਰੀਨਾ ਕਪੂਰ ਖਾਨ ਵੱਲੋਂ ਗਹਿਣਿਆਂ ਦੀ ਮਸ਼ਹੂਰੀ ਕੀਤੀ ਗਈ ਸੀ। ਹਿੰਦੂ ਟਵਿੱਟਰ ਹੈਂਡਲਸ ਵੱਲੋਂ ਕਰੀਨਾ ਕਪੂਰ ਖਾਨ ਦੀ ਮੁਸਲਿਮ ਪਹਿਚਾਣ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਕੰਪਨੀ ਦੇ ਬਾਈਕਾਟ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਹਨਾਂ ਅਕਾਊਂਟਸ ਤੋਂ ਲਿਖਿਆ ਜਾ ਰਿਹਾ ਹੈ ਕਿ ਕੰਪਨੀ ਨੇ ਵਿਆਹੀ ਹਿੰਦੂ ਔਰਤ ਨੂੰ ਸਹੀ ਤਰੀਕੇ ਨਾਲ ਇਸ਼ਤਿਹਾਰ ਵਿੱਚ ਪੇਸ਼ ਨਹੀਂ ਕੀਤਾ, ਕਿਉਂਕਿ ਕਰੀਨਾ ਕਪੂਰ ਖਾਨ ਦੇ ਮੱਥੇ 'ਤੇ ਬਿੰਦੀ ਨਹੀਂ ਲੱਗੀ ਹੋਈ। ਉਹ ਇਹ ਵੀ ਪ੍ਰਚਾਰ ਕਰ ਰਹੇ ਹਨ ਕਿ ਹਿੰਦੂ ਤਿਉਹਾਰ ਦੀ ਮਸ਼ਹੂਰੀ ਲਈ ਇੱਕ ਮੁਸਲਿਮ ਅਦਾਕਾਰਾ ਨੂੰ ਕਿਉਂ ਚੁਣਿਆ ਗਿਆ। ਕਰੀਨਾ ਕਪੂਰ ਖਾਨ ਨੇ ਮੁਸਲਿਮ ਅਦਾਕਾਰ ਸੈਫ ਅਲੀ ਖਾਨ ਨਾਲ ਵਿਆਹ ਕਰਵਾਇਆ ਸੀ ਅਤੇ ਆਪਣਾ ਨਾਂ ਵੀ ਕਰੀਨਾ ਕਪੂਰ ਖਾਨ ਰੱਖ ਲਿਆ ਸੀ। ਇਹ ਮੁਹਿੰਮ ਚਲਾ ਰਹੇ ਲੋਕ ਲਿਖ ਰਹੇ ਹਨ ਕਿ ਮਾਲਾਬਾਰ ਕੰਪਨੀ ਦਾ ਮਾਲਕ MP ਅਹਿਮਦ ਇੱਕ ਮੁਸਲਮਾਨ ਹੈ ਅਤੇ ਹਿੰਦੂ ਲੋਕਾਂ ਨੂੰ ਇਸ ਕੰਪਨੀ ਦੇ ਬਾਈਕਾਟ ਲਈ ਉਤਸ਼ਾਹਿਤ ਕਰ ਰਹੇ ਹਨ।